ਜੀ ਭਾਜੀ ਰੋਟੀ ਖਾ ਕੇ ਘਰੋਂ ਤੁਰੇ ਸੀ ਅਤੇ ਪਹਿਲਾਂ ਪੈਲੀ ਬੰਨ੍ਹਦੇ ਰਹੇ ਜੀ ਘਰੇ ਪੈਲੀ ਵਾਹ ਕੇ ਮੁੜ ਕੇ ਮੁੰਡਾ ਕਹਿੰਦਾ ਤੁਹਾਨੂੰ ਪੁਲ ਦਿਖਾ ਲਿਆ ਵਾਂ ਹਾਂਜੀ ਪੁਲ ਵੇਖਣ ਆਏ ਅਤੇ ਇਹ ਇੱਕ ਦੂਜੇ 'ਤੇ ਰੇਤਾ ਜੀ ਪਾਉਣ ਲੱਗ ਗਏ ਜੀ ਇੱਕ ਦੂਜੇ ਖੇਡਦੇ ਖੇਡਦੇ ਉਹ ਮੁੜ ਕੇ ਨਹਾਉਣ ਲੱਗ ਗਏ ਜੀ ਦੋਵੇਂ ਜਣੇ ਅੱਛਾ ਜੀ ਹਾਂਜੀ ਨਹਾਉਂਦੇ ਨਹਾਉਂਦੇ ਫਿਰ ਉਹ ਡੂੰਘਾ ਸੀ ਥਾਂ 'ਤੇ ਥੱਲੇ ਚਲੇ ਗਏ ਅਤੇ ਤੁਹਾਨੂੰ ਪਤਾ ਲੱਗ ਗਿਆ ਮੌਕੇ 'ਤੇ ਹਾਂਜੀ ਸੀ ਉਹ ਇੱਕ ਮੁੰਡਾ ਹੋਰ ਸੀਗਾ ਜੀ ਇੱਥੋਂ ਦਾ ਪਿੰਡ ਦਾ ਹਾਂਜੀ ਇੱਥੇ ਸੀਗੇ ਅਤੇ ਉਹਨੂੰ ਆਵਾਜ਼ ਮਾਰੀ ਸੀ ਉਹ ਮੁੜ ਕੇ ਸਾਡੇ ਫੜਦਾ ਫਿਰ ਥੱਲੇ ਚਲੇ ਗਏ ਡੂੰਘਾ ਵਾਲਾ ਹੀ ਥਾਂ ਅਤੇ ਫਿਰ ਕਿਸ ਤਰ੍ਹਾਂ ਕੱਢਿਆ ਨਹੀਂ ਡੈੱਡ ਬੋਡੀਆਂ ਨੂੰ ਇਹਨਾਂ ਨੂੰ ਪਿੰਡ ਵਾਲੇ ਨੇ ਕੱਢਿਆ ਜੀ ਇਹਨਾਂ ਨੇ ਜਾਲ ਸੁੱਟ ਕੇ ਠੀਕ ਹੈ ਜੀ ਹਾਂਜੀ ਜਾਲ ਇਹ ਕਿਹੜਾ ਪਿੰਡ ਆ ਜੀ ਇਹਨਾਂ ਦਾ ਇਹਨਾਂ ਦਾ ਪਿੰਡ ਸਗਾਣਾ ਜੀ ਕੀ ਨਾਂ ਇਹਨਾਂ ਦਾ ਜੀ ਨਾਂ ਤਾਂ ਹਰਮਨ ਹੈ ਜੀ ਇੱਕ ਮੁੰਡੇ ਦਾ ਦੂਜੇ ਦਾ ਨਹੀਂ ਮੈਨੂੰ ਪਤਾ ਉਹ ਸੁੱਖ ਨੂੰ ਪਤਾ ਜੀ ਅੱਛਾ ਅਤੇ ਇਹ ਵਿਆਹੇ ਮੁੰਡੇ ਕਿ ਜਾਂ ਕੁਆਰੇ ਜੀ ਨਹੀਂ ਮੁੰਡੇ ਕੁਆਰੇ ਜੀ ਠੀਕ ਹੈ ਜੀ ਹਾਂਜੀ ਅਤੇ ਇਹਨਾਂ ਦਾ ਪਰਿਵਾਰਕ ਮੈਂਬਰ ਕੋਈ ਹੁਣ ਆਇਆ ਇੱਥੇ ਕਿ ਨਹੀਂ ਆਇਆ ਇਹਨਾਂ ਦਾ ਚਾਚਾ ਜੀ ਨਾਲ ਸੀਗਾ ਜੀ ਅੱਛਾ ਜੀ ਹਾਂਜੀ ਉਹ ਕਿਤੇ ਹੀ ਹੁਣ ਉਹ ਲੈਣ ਗਿਆ ਜੀ ਘਰ ਦੇ ਵਰਕਰਾਂ ਨੂੰ ਠੀਕ ਠੀਕ ਹਾਂਜੀ ਚਾਚਾ ਜੀ ਨਾਲ ਸੀ ਵਾਰਦਾਰ ਜੀ ਇਹ ਅੱਖੋਪੁਰ ਦੀ ਕੰਬਾਈਨ ਸੀ ਅਤੇ ਉੱਥੇ ਬੰਦੇ ਲੇਬਰ ਦਾ ਕੰਮ ਕਰਦੇ ਸੀ ਨਾਲ ਅਤੇ ਇਹ ਲੇਬਰ ਦਾ ਕੰਮ ਕਰਦੇ ਮੁੜ ਕੇ ਇੱਧਰ ਸੁਲਤਾਨਪੁਰ ਨੂੰ ਕਿਤੇ ਕੱਲ੍ਹ ਮਸ਼ੀਨ ਵਿਹਲੇ ਹੋਏ ਆ ਮਸ਼ੀਨ ਤੋਂ ਅਤੇ ਇੱਧਰ ਸੁਲਤਾਨਪੁਰ ਨੂੰ ਚੱਲੇ ਸੀ ਅਤੇ ਸੁਲਤਾਨਪੁਰ ਨੂੰ ਜਾਂਦਿਆਂ ਜਾਂਦਿਆਂ ਕਿਤੇ ਇੱਥੋਂ ਲੰਘਦਾ ਸੀ ਘੜਕੇ ਪੁਲ ਦੇ ਉੱਤੋਂ ਸਾਡੇ ਪਿੰਡੋਂ ਇਹ ਜਾਂਦਿਆਂ ਜਾਂਦਿਆਂ ਕਿਤੇ ਇਹਨਾਂ ਨਹਾਉਣ ਨੂੰ ਜੀ ਕਰ ਪਿਆ ਅਤੇ ਇਹ ਨਹਾਉਂਦੇ ਨਹਾਉਂਦੇ ਥੋੜ੍ਹਾ ਜਿਹਾ ਕਿੱਲਾ ਕੁ ਰੇਤ ਨਾਲ ਖੇਡਦੇ ਖੇਡਦੇ ਕਿੱਲਾ ਕੁ ਥੱਲੇ ਆਣ ਕੇ ਅਤੇ ਉੱਥੇ ਇਹਨਾਂ ਦੇ ਕਿਤੇ ਆਉਂਦੇ ਡੁੱਬ ਗਏ ਆ ਫਿਰ ਜਦੋਂ ਇਹਨਾਂ ਦੇ ਨਾਲ ਇੱਕ ਮੁੰਡੇ ਇਹਨਾਂ ਦਾ ਚਾਚਾ ਜੀ ਆ ਪਿੰਡੋਂ ਕਹਿੰਦੇ ਤਾਂ ਚਾਚਾ ਜੀ ਆ ਪਰ ਸਾਨੂੰ ਪੱਕਾ ਨਹੀਂ ਪਤਾ ਅਤੇ ਉਹਨੇ ਜਦੋਂ ਰੌਲਾ ਪਾਇਆ ਤਾਂ ਸਾਡੇ ਪਿੰਡ ਸਾਰਾ ਚਲੋ ਇਕੱਠਾ ਹੋ ਗਿਆ ਜੀ ਅਤੇ ਸਾਡੇ ਪਿੰਡ ਦੇ ਜਿਹੜੇ ਮੁੰਡੇ ਗੋਤਾਖੋਰ ਆ ਘੀਪਾ ਵੀਰ ਆ ਜਿੰਨੇ ਵੀ ਸਾਡੇ ਪਿੰਡ ਦੇ ਆ ਜੋ ਸਮਾਜ ਸੇਵੀ ਬੰਦਿਆਂ ਨੂੰ ਕੱਢਦੇ ਆ ਜੀ ਉਹਨਾਂ ਆਣ ਕੇ ਜੀ ਕੱਢੇ ਆ ਬਾਕੀ ਅਸੀਂ ਪਤਾ ਲੱਗਾ ਵੀ ਪਤਾ ਲੱਗਾ ਕਿਹੜੇ ਪਿੰਡ ਦੇ ਆ ਜੀ ਇਹ ਜੀ ਪੱਟੀ ਏਰੀਏ ਦੇ ਆ ਪੱਕਾ ਨਹੀਂ ਪਤਾ ਸਾਨੂੰ ਟਗਾਣਾ ਪਿੰਡ ਵਾ ਉੱਥੋਂ ਦੇ ਆ ਜੀ ਠੀਕ ਹੈ ਅਸੀਂ ਤਾਂ ਘਟਨਾ ਵਾਲੀ ਜਗ੍ਹਾ ਤੋਂ ਬਾਅਦ 'ਚ ਆਏ ਹਾਂ ਪਰ ਅਸੀਂ ਸੁਣਿਆ ਵੀ ਇਸ ਤਰੀਕੇ ਨਾਲ ਡੁੱਬੇ ਆ ਪਰ ਅਸੀਂ ਮਗਰੋਂ ਆਏ ਜਦੋਂ ਸਾਨੂੰ ਪਿੰਡ ਪਤਾ ਲੱਗਾ ਜੀ ਬਹੁਤ ਜ਼ਿਆਦੀਆਂ ਸਾਡੇ ਪਿੰਡ ਇਸ ਤਰ੍ਹਾਂ ਘਟਨਾ ਹੋ ਜਾਂਦੀਆਂ ਇਹ ਵੀ ਮੁੰਡੇ ਇਹਦੇ ਪੱਖੋਪੁਰ ਕੰਬਾਈਨ ਸੀ ਜਿਹਦੇ ਨਾਲ ਕੰਮ ਕਰਦੇ ਚਲੋ ਸਾਰੇ ਅਸੀਂ ਵੀ ਜਿੰਨੇ ਵੀ ਸਾਰੇ ਹੁੰਦੇ ਹਾਂ ਵੀ ਚਲੋ ਸੀਜ਼ਨ ਆਪਦਾ ਲਾ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਵੀ ਜਾਂਦਾ ਇਸੇ ਤਰ੍ਹਾਂ ਸ਼੍ਰੀ ਸੁਲਤਾਨਪੁਰ ਸਾਹਿਬ ਇਹ ਜਾਂਦਾ ਰਸਤੇ ਜਾਂਦਾ ਦੇਖਿਆ ਯਾਰ ਰੇਤਾ ਪਈ ਇੱਥੇ ਮੁੰਡਿਆਂ ਦਾ ਖੇਡਣ ਦਾ ਪ੍ਰੋਗਰਾਮ ਬਣ ਗਿਆ ਇੱਥੇ ਉਤਰ ਕੇ ਖੇਡਣ ਲੱਗ ਪਏ ਜਿਸ ਤਰ੍ਹਾਂ ਪਿੰਡ ਵਾਲਿਆਂ ਨੂੰ ਸੁਣਿਆ ਖੇਡਦੇ ਖੇਡਦੇ ਉਹ ਦਰਿਆ ਇੱਧਰਲੇ ਬੰਨੇ ਟੋਭਾ ਕਈ ਯਾਰ ਇੱਥੇ ਪਾਣੀ ਛੋਟਾ ਹੋ ਜਾਂਦਾ ਦਰਿਆ ਦਾ ਵਹਿਣ ਵਾਕੇ ਕਈ ਯਾਰ ਡੂੰਘਾ ਹੋ ਜਾਂਦਾ ਅਤੇ ਇੱਥੇ ਪਹਿਲਾਂ ਅਸੀਂ ਰੇਤਾ ਕੱਢਦੇ ਰਹਿੰਦੇ ਹਾਂ ਉਦੋਂ ਦੇ ਪਾਣੀ ਇੱਥੇ ਡੂੰਘਾ ਹੁੰਦਾ ਹੀ ਨਹੀਂ ਜਿਸ ਤਰ੍ਹਾਂ ਇੱਥੇ ਹੁਣ ਇੱਥੇ ਆ ਡਰੰਮ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਜ਼ਿਆਦਾ ਪਾਣੀ ਡੂੰਘਾ ਹੁੰਦਾ ਪਹਿਲਾਂ ਅਤੇ ਹੁਣ ਵੇਖ ਲਓ ਇੱਥੇ ਬਰੇਤਾ ਬਣ ਗਿਆ ਪਰਲੇ ਬੰਨੇ ਬਹੁਤ ਜ਼ਿਆਦਾ ਪਾਣੀ ਡੂੰਘਾ ਅਤੇ ਇਹ ਇਸ ਤਰ੍ਹਾਂ ਖੇਡਦੇ ਖੇਡਦੇ ਸੁਣਿਆ ਵੀ ਦਰਿਆ ਦੇ ਵਿੱਚ ਇਹਨਾਂ ਇੱਕ ਛਾਲਾਂ ਮਾਰ ਲਈਆਂ ਵੀ ਇਹ ਛੱਪੜੀ ਆ ਛੋਟਾ ਹੀ ਆ ਪਰ ਪਾਣੀ ਡੂੰਘਾ ਹੋਣ ਕਰਕੇ ਇਹ ਇਹਨਾਂ ਦੀ ਜਿਹੜੀ ਇੱਥੇ ਵਿਚਾਰੇ ਡੁੱਬ ਗਏ ਆ ਸਾਡੇ ਜੋ ਮੁਸਲਮਾਨ ਭਰਾ ਸਾਡੇ ਨਗਰ ਦੇ ਜਿਹੜੇ ਗੋਤਾਖੋਰ ਆ ਜਦੋਂ ਰੌਲਾ ਪਿਆ ਪਿੰਡ ਦੇ ਵਿੱਚ ਸਾਰਾ ਪਿੰਡ ਇੱਥੇ ਆਇਆ ਵੀ ਵੇਖਿਆ ਵੀ ਇਹ ਦੋ ਨੌਜਵਾਨ ਨਹਾਉਣ ਲੱਗੇ ਜਾਂਦੇ ਉਹ ਡੁੱਬ ਗਏ ਆ ਅਤੇ ਅਸੀਂ ਨਾਲ ਹੀ ਅਪੀਲ ਕਰਦੇ ਹਾਂ ਵੀ ਇਹ ਬਹੁਤ ਜ਼ਿਆਦਾ ਗੰਭੀਰ ਵਿਸ਼ਾ ਵਾ ਇਹ ਜਿਹੜਾ ਥਾਂ ਵਾ ਇਹ ਇਸ ਤਰ੍ਹਾਂ ਦੇ ਕੰਮ ਕਰਨ ਵਾਲਾ ਨਹੀਂ ਬੜਾ ਖਤਰਨਾਕ ਵਾ ਇੱਥੇ ਪਤਾ ਨਹੀਂ ਦਰਿਆ ਨੇ ਕਿਹੜੇ ਵੇਲੇ ਕਿੱਥੋਂ ਖੋਰ ਪਾ ਕੇ ਥਾਂ ਡੂੰਘਾ ਕਰ ਦੇਣਾ ਮੇਰੀ ਹੋਰ ਵੀ ਸਾਰੇ ਇਲਾਕੇ ਨੂੰ ਜਾਂ ਜਿੰਨੇ ਵੀ ਇੱਧਰ ਏਰੀਏ ਜਿੰਨੇ ਪੈਂਦੇ ਆ ਸਾਰਿਆਂ ਨੂੰ ਅਪੀਲ ਆ ਵੀ ਜੇ ਕਿਸੇ ਨੇ ਨਹਾਉਣਾ ਆਪਦੇ ਘਰ ਮੋਟਰਾਂ ਲੱਗੀਆਂ ਸਾਰਾ ਕੁਛ ਲੱਗਾ ਪਰ ਇਹੋ ਜਿਹੇ ਥਾਵਾਂ 'ਤੇ ਆ ਗਏ ਇਸ ਤਰ੍ਹਾਂ ਬੱਚੇ ਜਦੋਂ ਖੇਡਦੇ ਖੇਡਦੇ ਜਿਸ ਤਰ੍ਹਾਂ ਵਿੱਚ ਜਾ ਵੜੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸਾਡਾ ਕੋਈ ਸਾਲ ਵੀ ਨਹੀਂ ਲੰਘਦਾ ਵੀ ਜਿਹੜੀ ਇੱਥੇ ਮੌਤ ਇਸ ਤਰ੍ਹਾਂ ਨਾ ਹੋਈ ਹੋਵੇ ਆ ਥੋੜ੍ਹੇ ਦਿਨ ਹੋਏ ਆ ਪਹਿਲਾਂ ਇੱਥੇ ਸਕੂਲ ਦੇ ਬੱਚੇ ਨਹਾਉਂਦੇ ਆਹ ਭਰਾ ਨਾਲ ਹੀ ਇਹਨੇ ਇੱਥੋਂ ਝਿੜਕ ਕੇ ਜਾ ਕੇ ਮਾਸਟਰਾਂ ਦੇ ਪੇਸ਼ ਕੀਤੇ ਉਹਨਾਂ ਦੇ ਮਾਪਿਆਂ ਨੂੰ ਸੱਦ ਕੇ ਦਿੱਤਾ ਬੱਚਿਆਂ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆ ਕੇ ਇੱਥੇ ਨਹਾਉਣ ਪੈ ਜਾਂਦੇ ਆ ਪਰ ਇਹ ਬਹੁਤ ਜ਼ਿਆਦਾ ਵੱਡੀ ਘਟਨਾ ਹੋਈ ਆ ਇਹਦਾ ਸਾਨੂੰ ਸਾਰੇ ਪਿੰਡ ਨੂੰ ਦੁੱਖ ਆ ਅਤੇ ਇਹ ਤਰ੍ਹਾਂ ਦੀਆਂ ਘਟਨਾ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਨਾਲ ਹੀ ਪੀ ਲਿਆ ਵੀ ਨਾ ਇਹੋ ਜਿਹੇ ਮੰਨ ਲਓ ਵੀ ਇਹੋ ਜਿਹੇ ਬੱਚੇ ਜਿਹੜੇ ਨੌਜਵਾਨ ਆ ਦਰਿਆ ਦੇ ਵਿੱਚ ਨਾ ਵੜਨ ਕੋਈ ਪਤਾ ਨਹੀਂ ਕਿੱਥੇ ਦਰਿਆ ਨੇ ਕਦੋਂ ਖਾਰ ਪਾ ਕੇ ਡੂੰਘਾ ਹੋ ਜਾਣਾ ਅਤੇ ਕਦੋਂ ਜਿਹੜਾ ਉੱਚਾ ਕਰ ਦੇਣਾ ਥਾਂ ਸਾਨੂੰ ਹਾਲੇ ਤੱਕ ਕੋਈ ਸਮਝ ਨਹੀਂ ਲੱਗੀ ਸਾਡੇ ਅਸੀਂ ਜੰਪਲ ਵੀ ਇੱਥੋਂ ਦੇ ਅਤੇ ਬਹੁਤ ਜ਼ਿਆਦਾ ਘਟਨਾ ਮਾੜੀ ਹੋਈ ਹੈ ਬਹੁਤ ਦੁੱਖ ਹੋਇਆ ਇਹਨਾਂ ਦਾ ਪਤਾ ਨਹੀਂ ਇਹ ਧਗਾਣੇ ਦੇ ਪਿੰਡ ਦੇ ਸੁਣੀਦੇ ਆ ਸੰਗਤ ਦੇ ਆਇਆਂ ਨੂੰ ਪਤਾ ਲੱਗਾ ਵੀ ਇਹਨਾਂ ਦਾ ਪਿੰਡ ਧਗਾਣਾ ਜਾਂ ਉਹ ਵੀਰ ਜਿਨ੍ਹਾਂ ਨਾਲ ਕੰਮ ਕਰਦੇ ਲੇਬਰ ਕਰਦੇ ਬੜੀ ਦੁੱਖ ਉਹ ਵੀ ਵਿਚਾਰੇ ਸਾਡੇ ਨਾਲ ਗੁਆਂਢੀ ਸਾਡੇ ਹੈਗੇ ਆ ਕੋਈ ਕਿਸੇ ਦਾ ਇਹਦੇ ਵਿੱਚ ਕੋਈ ਗੁਨਾਹ ਨਹੀਂ ਨਾ ਕਿਸੇ ਨੇ ਕੋਈ ਇਹਨਾਂ ਨੂੰ ਕੋਈ ਜਾਤੀ ਕੀਤੀ ਨਾ ਕੋਈ ਧੱਕਾ ਕੀਤਾ ਇਹ ਇਸ ਤਰ੍ਹਾਂ ਪਤਾ ਲੱਗਾ ਜੀ ਇਹ ਇੱਥੋਂ ਬੱਚੇ ਚੱਲੇ ਸੁਲਤਾਨਪੁਰ ਵੱਲ ਨੂੰ ਮਕਈਆਂ ਮਕਈਆਂ ਵੇਖਣ ਚੱਲੇ ਸੀ ਇਹ ਅੱਖੋਪੁਰ ਦੀ ਕੰਬਾਈਨ ਆ ਜਿਹਦੇ ਉੱਤੇ ਲੇਬਰ ਕਰਦੇ ਅਤੇ ਉਹ ਪਾਰ ਚੱਲੇ ਸੀ ਕਿਤੇ ਇੱਥੇ ਜੀ ਕਰ ਪਿਆ ਇਹਨਾਂ ਨਹਾਉਣ ਨੂੰ
ਤੇ ਨਹਾਉਂਦਿਆਂ ਨਹਾਉਂਦਿਆਂ ਖੇਡਦਿਆਂ ਖੇਡਦਿਆਂ ਉਹ ਪਾਣੀ ਵੱਡਾ ਸੀ ਇੱਥੇ ਅਤੇ ਵਿੱਚ ਪੈ ਗਏ ਆ। ਹੋਰ ਉਹ ਜਿਹੜਾ ਨਾਲ ਦਾ ਸੀ ਉਹ ਪਤਾ ਨਹੀਂ ਚਾਚਾ ਸੀ ਕੌਣ ਸੀ ਨਾਲ ਦਾ ਤੀਜਾ, ਉਹਨੇ ਰੌਲਾ ਰੌਲਾ ਪਾਇਆ ਅਤੇ ਫਿਰ ਲੋਕ ਜਿਹੜੇ ਸੀ ਲਾਗੂ ਮੈਨੂੰ ਭੱਜ ਕੇ ਆਏ। ਇੱਕ ਸਾਡੇ ਮੁਸਲਮਾਨ ਭਰਾ ਇੱਥੇ ਰਹਿੰਦੇ ਆ, ਉਹਨਾਂ ਦਾ ਕੀਪਾ ਕੀ ਪਾਉਂਦੇ ਆ ਭਲਵਾਨ, ਉਹਨਾਂ ਆਣ ਕੇ ਕੱਢੇ ਆ। ਅਤੇ ਬਾਪੂ ਜੀ ਪਤਾ ਲੱਗਾ ਵਾ ਵੀ ਇਹ ਕਿਹੜੇ ਪਿੰਡ ਦੇ ਜੀ? ਇਹ ਸੁਣਿਆ ਵਾ ਵੀ ਇਹ ਧਗਾਣੇ ਦੇ ਆ, ਇੱਥੇ ਪੱਟੀ ਲਾ ਕੇ ਦੇ ਆ। ਠੀਕ ਹੈ ਜੀ। ਹਾਂਜੀ ਹਾਂਜੀ। ਕਿੰਨੀ ਉਮਰ ਇਹਨਾਂ ਦੀ? ਉਮਰ ਇੱਕ ਤਾਂ ਮੈਂ 16 ਸਾਲਾਂ ਦਾ, 17 ਸਾਲਾਂ ਦਾ, ਇੱਥੇ ਕੁਆਰੇ ਬੱਚੇ ਆ। ਹਾਂ, ਪਰ ਬਹੁਤ ਮਾੜੀ ਘਟਨਾ ਹੋਈ ਆ ਜੀ। ਮਾਂ ਪਿਓ ਨਹੀਂ ਹੈਗਾ। ਬਹੁਤ ਮਾੜੀ ਘਟਨਾ ਹੋਈ ਆ, ਕਿਸੇ ਦਾ ਧੀ ਪੁੱਤ ਚਲੇ ਜਾਣਾ ਬਿਨਾਂ ਵਜ੍ਹਾ ਤੋਂ। ਕੋਈ ਬਿਮਾਰ ਹੋਇਆ ਹੋਵੇ ਤਾਂ ਉਹ ਵੀ ਬੰਦਾ ਇਲਾਜ ਕਰਾਉਂਦਾ, ਕਈ ਕੁਛ ਹੁੰਦਾ। ਇਹ ਜਿਹੜਾ ਬਿਨਾਂ ਵਜ੍ਹਾ ਤੋਂ ਕੋਈ ਜਿਹੜੀ ਘਟਨਾ ਹੋਈ ਆ, ਬਹੁਤ ਮਾੜੀ ਗੱਲ ਹੋਈ ਆ। ਸਾਡੀ ਮਸ਼ੀਨ 'ਤੇ ਮੁੰਡੇ ਵਿਚਾਰੇ ਆਏ ਲੇਬਰ ਵਾਲੇ, ਉਹ ਕੰਮ ਤੋਂ ਵਿਹਲੇ ਹੋ ਕੇ ਕੱਲ੍ਹ ਦੇ ਫਰੀ ਸੀ। ਕੱਲ੍ਹ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਏ ਆ, ਅੱਜ ਪਤਾ ਨਹੀਂ ਸੁਲਤਾਨਪੁਰ ਸਾਹਿਬ ਚੱਲੇ ਸੀ ਕਿ ਦਰਿਆ ਵੇਖਣ ਆ ਗਏ ਆ। ਮੈਨੂੰ ਆਉਂਦੇ ਅੰਕਲ ਜੀ ਅਸੀਂ, ਮੈਂ ਵੀਰ ਘਰੋਂ ਘਰ ਜਾਓ, ਹੁਣ ਕੰਮ ਆਪਣਾ ਨਿਬੜ ਗਿਆ। ਮੈਂ ਚੋਹਲਾ ਸਾਹਿਬ ਆਪਣੀ ਸ਼ੌਪ 'ਤੇ ਚਲੇ ਗਿਆ। ਬਾਅਦ 'ਚ ਮੈਨੂੰ ਇੱਥੋਂ ਫੋਨ ਗਿਆ ਅਤੇ ਬੰਦਿਆਂ ਨੂੰ ਪਤਾ ਨਹੀਂ ਕੀ ਹੋ ਗਿਆ, ਬੰਦੇ ਦਰਿਆ 'ਚ ਵੜ ਗਏ ਆ, ਡੁੱਬ ਗਏ ਆ ਕਿ ਮਰ ਗਏ ਆ। ਅਤੇ ਛੇਤੀ ਪਹੁੰਚ ਅਸੀਂ ਆਏ ਹਾਂ, ਸਾਡੇ ਆਉਂਦੇ ਨੂੰ ਡੈੱਡ ਬੋਡੀਆਂ 2 ਕੱਢ ਕੇ ਮੁੰਡੇ ਸ਼ੈਡ 'ਤੇ ਖਲੋਤੇ ਸੀ। ਪਿੰਡ ਵਾਲੇ ਵੀ ਉਹ ਆਉਂਦੇ ਆ ਵੀ ਅਸੀਂ ਮੌਕੇ 'ਤੇ ਇੱਥੇ, ਸਾਡੇ ਆਉਂਦੇ ਨੂੰ ਡੁੱਬ ਗਏ ਆ ਜਾਇਦਾਦ ਜੀ। ਅਤੇ ਕਿੱਥੋਂ ਦੇ ਜੀ ਇਹ ਮੁੰਡੇ? ਇਹ ਜੀ ਧਗਾਣੇ ਦੇ। ਤੇ ਕਿੰਨੇ ਚਿਰ ਤੋਂ ਤੁਹਾਡੇ ਨਾਲ ਕਰਨ ਡਿਆ ਮਸ਼ੀਨ ਤੇ ਕੰਮ? ਐਰ ਕਿਹਾ ਸੀ 8-7 ਦਿਨ ਹੋਇਆ। ਇਹ ਦੋਨੇ ਨੌਜਵਾਨ ਸੀਗੇ, ਇਹ ਮਸ਼ੀਨ ਤੇ ਲੇਬਰ ਦਾ ਕੰਮ ਕਰਦੇ ਸੀਗੇ। ਠੀਕ ਹੈ ਜੀ। ਇਹ ਜਵੈਨ ਵੱਢਦੇ ਪੱਖੋਪੁਰ ਦੀ ਮਸ਼ੀਨ ਸੀਗੀ, ਉੱਤੇ ਇਹ ਸੇਜਨ ਸੁਜਨ ਲਾ ਕੇ ਆਏ ਸੀ ਫਤਿਹਾਬਾਦ ਵੱਲ। ਅੱਛਾ ਜੀ। ਅੱਜ ਇਹ ਨਾ ਕਹਿੰਦੇ ਚੱਲ ਸੁਲਤਾਨਪੁਰ ਮੱਥਾ ਟੇਕ ਦਿੰਦੇ, ਰਾਜ ਖੜਕੇ ਵਾਲਾ ਪੁਲ ਕਹਿੰਦੇ ਚੱਲ ਵੇਖਣ ਚੱਲਦੇ ਹਾਂ। ਅੱਛਾ ਜੀ। ਪੁਲ 'ਤੇ ਦੇਖ ਕੇ ਇਹਦੇ ਉੱਥੇ ਇਹ ਫੋਟੋ ਫੋਟੋ ਖਿੱਚਣ ਲੱਗ ਗਏ। ਫੋਟੋ ਫੋਟੋ ਖਿੱਚਦੇ ਦਰਿਆ ਦੇ ਪਾਣੀ 'ਚ ਵੜ ਗਏ, ਅਤੇ ਉੱਥੇ ਪਾਣੀ ਡੂੰਘਾ ਸੀਗਾ। ਲਾਸ਼ਾਂ ਬਰਾਮਦ ਹੋ ਗਈਆਂ ਦੋਨੇ, ਚਾਚੇ ਬਾਬੇ ਦੇ ਮੁੰਡੇ ਦੋਨੇ ਭਰਾ ਹੀ ਆ। ਅੱਛਾ ਜੀ। ਅਤੇ ਫਿਰ ਪੋਸਟਮਾਰਟਮ ਵੀ ਭੇਜਦੇ ਆ ਲਾਸ਼ਾਂ? ਹਾਂਜੀ, ਲਾਸ਼ਾਂ ਪੋਸਟਮਾਰਟਮ ਲਈ ਤਰਨ ਤਾਰਨ ਲੈ ਕੇ ਚੱਲੇ। ਠੀਕ ਠੀਕ 75 ਦੀ ਕਾਰਵਾਈ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।